ਬਥੋਨੀਆ ਦੇ ਸ਼ਿਵ ਮੰਦਰ ਦੇ ਮੁਖੀ ਭੇਦ ਭਰੀ ਹਾਲਤ ਵਿੱਚ ਮੰਦਰ ਵਿੱਚੋਂ ਅਗਿਆਤ ਥਾਂ 'ਤੇ ਚਲੇ ਗਏ। ਹਲਕਾ ਘਨੌਰ ਵਿੱਚ ਪੈਂਦੇ ਪਿੰਡ ਬਥੋਨੀਆ ਵਿਖੇ ਸਥਿਤ ਸ਼੍ਰੀ ਪਰਮੇਸ਼ਵਰ ਸ਼ਿਵ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਯੱਗ 24 ਨਵੰਬਰ ਤੋਂ ਸ਼ੁਰੂ ਕੀਤਾ ਗਿਆ। ਇਸ ਯੱਗ ਮੰਦਰ ਦੇ ਮੁਖੀ ਸਵਾਮੀ ਸ਼੍ਰੀ ਪ੍ਰਯਾਗਰਾਜ ਗਿਰੀ ਜੀ ਮਹਾਰਾਜ ਦੇ ਜੀ ਦੀ ਦੇਖ ਰੇਖ ਹੇਠ ਸ਼ੁਰੂ ਹੋਇਆ ਸੀ ਅਤੇ ਇਸ ਦੀ ਸਮਾਪਤੀ ਕੁਝ ਦਿਨ ਬਾਅਦ ਹੋਣੀ ਹੈ। ਦੱਸਣਯੋਗ ਹੈ ਕਿ ਉਕਤ ਮੰਦਰ ਦੇ ਮੁਖੀ ਅਤੇ ਕਰਤਾ ਧਰਤਾ ਸ਼੍ਰੀ ਪ੍ਰਯਾਗਰਾਜ ਗਿਰੀ ਜੀ ਮਹਾਰਾਜ ਕਰਨਾਟਕ ਸੂਬੇ ਦੇ ਮੂਲ ਨਿਵਾਸੀ ਹਨ ਅਤੇ ਉਹ ਕਈ ਦਹਾਕਿਆਂ ਤੋਂ ਉਕਤ ਮੰਦਰ ਵਿੱਚ ਸਲਾਨਾ ਯੱਗ ਅਤੇ ਭੰਡਾਰੇ ਆਯੋਜਿਤ ਕਰਵਾਉਂਦੇ ਰਹਿੰਦੇ ਹਨ। ਉਹਨਾਂ ਦੇ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਪ ਪਹੁੰਚਦੇ ਹਨ, ਜਿਸ ਨਾਲ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਸੰਤ ਮਹਾਂਪੁਰਸ਼ ਵੀ ਭਾਰੀ ਗਿਣਤੀ ਵਿੱਚ ਇਸ ਸਲਾਨਾ ਯੱਗ ਵਿੱਚ ਸ਼ਮੂਲਿਤ ਕਰਨ ਲਈ ਪਹੁੰਚਦੇ ਹਨ। 24 ਨਵੰਬਰ ਨੂੰ ਸਵਾਮੀ ਜੀ ਦੀ ਦੇਖ ਰੇਖ ਹੇਠ ਇਹ ਸਲਾਨਾ ਯੱਗ ਸ਼ੁਰੂ ਹੋਇਆ ਸੀ। ਬੀਤੀ 24-25 ਦੀ ਦਰਮਿਆਨ ਰਾਤ ਨੂੰ ਤਕਰੀਬਨ 2 ਵਜੇ ਉਕਤ ਮੰਦਰ ਦੇ ਮੁਖੀ ਸ਼੍ਰੀ ਪ੍ਰਯਾਗਰਾਜ ਗਿਰੀ ਜੀ ਮਹਾਰਾਜ ਬਿਨਾਂ ਕਿਸੇ ਸ਼ਰਧਾਲੂ ਨੂੰ ਜਾਂ ਚੇਲੇ ਨੂੰ ਦੱਸੇ ਮੰਦਰ ਵਿੱਚ ਕਿਸੇ ਅਗਿਆਤ ਜਗ੍ਹਾ ਤੇ ਚਲੇ ਗਏ ਹਨ। ਮਹਾਰਾਜ ਜੀ ਦੇ ਬਹੁਤ ਹੀ ਨਜ਼ਦੀਕੀ ਚੇਲੇ ਲਵਲੀ ਨੇ ਦੱਸਿਆ ਕਿ ਬਾਬਾ ਜੀ ਦਾ ਆਪਣਾ ਮੋਬਾਈਲ ਫੋਨ, ਆਪਣੀ ਖੜਾਵਾਂ ਅਤੇ ਪੈਸਾ ਟੱਕਾ ਮੰਦਰ ਵਿੱਚ ਛੱਡ ਕੇ ਬਿਨਾਂ ਦੱਸੇ ਚਲੇ ਗਏ ਹਨ। ਮਹਾਰਾਜ ਜੀ ਦੇ ਮੰਦਰ ਵਿੱਚ ਇੱਕਦਮ ਭੇਦ ਭਰੀ ਹਾਲਤ ਵਿੱਚ ਬਿਨਾਂ ਕਿਸੇ ਨੂੰ ਦੱਸੇ ਚਲੇ ਜਾਣ ਕਾਰਨ ਯੱਗ ਵਾਲੀ ਸਥਾਨ 'ਤੇ ਪਹੁੰਚੇ ਹਜ਼ਾਰਾਂ ਸ਼ਰਧਾਲੂ ਆਪਣੀਆਂ ਅੱਖਾਂ ਵਿੱਚੋਂ ਅਥਰੂ ਰੋਕ ਨਹੀਂ ਪਾ ਰਹੇ ਹਨ। ਇਸ ਮੌਕੇ ਕਾਂਗਰਸ ਦੇ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਉਹ ਕੱਲ੍ਹ ਸ਼ਾਮ 3 ਵਜੇ ਯੱਗ ਵਾਲੀ ਜਗ੍ਹਾ 'ਤੇ ਮੱਥਾ ਟੇਕਣ ਲਈ ਗਏ ਅਤੇ ਉਹਨਾਂ ਕਾਫੀ ਸਮਾਂ ਮਹਾਰਾਜ ਗਿਰੀ ਜੀ ਨਾਲ ਗੱਲਬਾਤ ਵੀ ਕੀਤੀ ਸੀ, ਪਰ ਗੱਲਬਾਤ ਦੌਰਾਨ ਉਹਨਾਂ ਦੇ ਮੰਦਰ ਵਿੱਚ ਅਚਾਨਕ ਚਲੇ ਜਾਣ ਬਾਰੇ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਪਰਮਪਰਿਤਾ ਪਰਮਾਤਮਾ ਨੂੰ ਪਹੁੰਚੀ ਸ਼ਖਸੀਅਤ ਦੀ ਗੁੰਮਸ਼ੁਦਗੀ ਦਾ ਮਾਮਲਾ ਹੈ, ਇਸ ਕਾਰਨ ਉਹ ਇਸੇ ਮਾਮਲੇ ਵਿੱਚ ਕੋਈ ਵੀ ਟਿੱਪਣੀ ਨਹੀਂ ਕਰ ਸਕਦੇ। ਅੱਜ ਸ਼ਾਮ ਮੰਦਰ ਦੇ ਸ਼ਰਧਾਲੂ ਵੱਲ ਯੱਗ ਵਿੱਚ ਪਾਉਣ ਵਾਲੀ ਆਹੁਤੀ ਵਾਲੀ ਜੋਤੀ ਨੂੰ ਯੋਗ ਕਰਨ ਵਾਲੀ ਜਗ੍ਹਾ ਲਿਜਾਇਆ ਗਿਆ। ਘਨੌਰ ਦੇ ਸਾਬਕਾ MLA ਠੇਕੇਦਾਰ ਮਦਨ ਲਾਲ ਜਲਾਲਪੁਰ ਨੇ ਉਕਤ ਧਾਰਮਿਕ ਚਿੰਨ੍ਹ ਵਾਲੀ ਜੋਤੀ ਨੂੰ ਆਪਣੇ ਸਿਰ 'ਤੇ ਆਦਰ ਸਹਿਤ ਰੱਖ ਕੇ ਯੱਗ ਵਾਲੀ ਜਗ੍ਹਾ ਪਹੁੰਚਾਇਆ। ਮੰਦਰ ਦੇ ਪੱਕੇ ਸ਼ਰਧਾਲੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਕਿ ਕੀ ਕਰਨ। ਉਹ ਜਦੋਂ ਇਸ ਸੰਬੰਧ ਘਨੌਰ ਹਲਕੇ ਦੇ DSP ਸੁਲੱਖਣ ਸਿੰਘ ਮਾਨ ਦਾ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਮਹਾਰਾਜ ਜੀ ਦੇ ਚੇਲਿਆਂ ਨੂੰ ਅਤੇ ਪਿੰਡ ਦੇ ਪ੍ਰਮੁੱਖ ਵਿਅਕਤੀਆਂ ਨੂੰ ਸਵੇਰ ਤੋਂ ਕਹਿ ਰਹੇ ਹਨ ਕਿ ਸਵਾਮੀ ਮਹਾਰਾਜ ਗਿਰੀ ਜੀ ਦੀ ਗੁੰਮਸ਼ਦਗੀ ਸੰਬੰਧੀ ਰਿਪੋਰਟ ਥਾਣਾ ਸ਼ੰਭੂ ਵਿੱਚ ਦਰਜ ਕਰਾਉਣ ਤਾਂ ਜੋ ਪੁਲਿਸ ਮਾਮਲੇ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਬੀਤੀ ਕੱਲ੍ਹ ਰਾਤ ਨੂੰ ਉਹਨਾਂ ਨੇ ਯੱਗ ਵਾਲੇ ਸਥਾਨ ਦੇ ਚਾਰੇ ਪਾਸੇ ਪੁਲਿਸ ਤੈਨਾਤ ਕੀਤੀ ਹੋਈ ਹੈ ਸੀ ਤਾਂ ਜੋ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ। ਉਹਨਾਂ ਕਿਹਾ ਕਿ ਅੱਜ ਰਾਤ ਨੂੰ ਸੁਰੱਖਿਆ ਦੇ ਮੁੱਖ ਪੱਖ ਤੋਂ ਯੱਗ ਵਾਲੀ ਜਗ੍ਹਾ ਦੇ ਅੰਦਰ ਪੰਡਾਲ ਦੇ ਅੰਦਰ ਹੀ ਪੁਲਿਸ ਫੋਰਸ ਤੈਨਾਤ ਕਰਨਗੇ ਅਤੇ ਯੱਗ ਦੇ ਆਸੇ ਪਾਸੇ ਵੀ ਪੁਲਿਸ ਫੋਰਸ ਰਹੇਗੀ। ਮੌਕੇ 'ਤੇ ਮੌਜੂਦ ਸ਼ਰਧਾਲੂ ਲਵਲੀ ਨੇ ਦੱਸਿਆ ਕਿ ਮੰਦਰ ਦੇ ਮੁਖੀ ਸ਼੍ਰੀ ਗਿਰੀ ਮਹਾਰਾਜ ਜੀ ਤਕਰੀਬਨ ਹਰ ਸਾਲ ਯੱਗ ਮੌਕੇ ਕਹਿ ਦਿੰਦੇ ਸਨ ਕਿ ਉਹ ਇਸ ਵਾਰ ਆਖਰੀ ਯੱਗ ਕਰਵਾ ਰਹੇ ਹਨ ਅਤੇ ਉਸ ਤੋਂ ਬਾਅਦ ਉਹ ਇੱਥੇ ਕਿਸੇ ਹੋਰ ਸਥਾਨ 'ਤੇ ਜਾ ਕੇ ਪ੍ਰਭੂ ਦੀ ਆਰਾਧਨਾ ਕਰਨਗੇ। ਦੱਸਣਯੋਗ ਹੈ ਕਿ ਬਥੋਨੀਆ ਪਿੰਡ ਬਥੋਨੀਆ ਸ਼੍ਰੀ ਸ਼ਿਵ ਮੰਦਰ ਵਿਖੇ ਹਰ ਸਾਲ ਇਹ ਯੱਗ ਕਰਵਾਇਆ ਜਾਂਦਾ ਹੈ ਜੋ ਕਈ ਦਿਨ ਲਗਾਤਾਰ ਚੱਲਦਾ ਰਹਿੰਦਾ ਹੈ, ਜਿਸ ਵਿੱਚ ਹਿੰਦੂ ਮੱਤ ਦੇ ਧਾਰਮਿਕ ਮਾਂ ਮੰਡਲੇਸ਼ਵਰ ਵਰਗੀਆਂ ਸਤਿਕਾਰਯੋਗ ਸ਼ਖਸੀਅਤਾਂ ਅਤੇ ਹੋਰ ਖੇਤਰਾਂ ਨਾਲ ਜੁੜੇ ਸਰਕਾਰੀ ਅਤੇ ਗੈਰ ਸਰਕਾਰੀ VIP ਵਿਅਕਤੀ ਹਰ ਸਾਲ ਆਪਣੀ ਸ਼ਰਧਾ ਭਾਵਨਾ ਤਹਿਤ ਮੱਥਾ ਟੇਕਣ ਆਉਂਦੇ ਹਨ। ਪਰ ਇਸ ਵਾਰ ਬਾਬਾ ਜੀ ਦੇ ਅਚਾਨਕ ਮੰਦਰ ਵਿੱਚੋਂ ਚਲੇ ਜਾਣ ਕਾਰਨ ਕਈ ਉੱਚ ਧਾਰਮਿਕ ਸ਼ਖਸੀਅਤਾਂ ਅਤੇ ਮਹੱਤਵਪੂਰਨ ਵਿਅਕਤੀਆਂ ਨੂੰ ਇਸ ਸੰਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਇਹ ਖਬਰ ਸਾਡੇ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ JK ਗੁਪਤਾ ਜੀ ਵੱਲੋਂ ਅਤੇ ਪੰਜਾਬ ਗਰੁੱਪ ਕੇਸਰੀ ਪੰਜਾਬ ਕੇਸਰੀ ਦੇ ਗਰੁੱਪ ਵੱਲੋਂ ਸ਼੍ਰੀ ਜਗਦੀਸ਼ ਸ਼ਰਮਾ ਜੀ ਵੱਲੋਂ ਫੇਸਬੁੱਕ 'ਤੇ ਭੇਜੀ ਗਈ ਹੈ, ਜਿਹੜੀ ਕਿ ਤੁਹਾਡੇ ਸਮੂਹ ਪਾਠਕਾਂ ਅਤੇ ਸੁਣਨ ਵਾਲਿਆਂ ਦੇ ਸਾਹਮਣੇ ਪੇਸ਼ ਕੀਤੀ ਗਈ ਹੈ। ਧਰਮਵੀਰ ਨਾਗਪਾਲ ਦੀ ਜ਼ੁਬਾਨੀ।
ਧਰਮਵੀਰ ਨਾਗਪਾਲ ਚੀਫ ਐਡੀਟਰ ਡੀ ਵੀ ਨਿਊਜ਼ ਪੰਜਾਬ।